ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਠੱਗੀ ਕੈਨੇਡਾ ਵਿਜ਼ਟਰ ਵੀਜ਼ਾ ਦੇ ਨਾਮ ਤੇ ਹੋ ਰਹੀ ਆ ਡਾਕੂਮੈਂਟ ਸੈਂਡ ਕੀਤੇ ਹੁੰਦੇ ਆ ਤੇ ਅੱਗੇ ਦੀ ਅੱਗੇ ਉਸ ਡਾਕੂਮੈਂਟ ਨੂੰ ਪਛਾਣ ਕੇ ਉਹਨਾਂ ਦਾ ਜਿਹੜਾ ਮਿਸਯੂਜ਼ ਕੀਤਾ ਜਾਂਦਾ ਕੈਨੇਡਾ ਵਿਜ਼ਟਰ ਵੀਜ਼ਾ ਸਕੈਮ ਦੇ ਬਾਰੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਠੱਗੀ ਕੈਨੇਡਾ ਵਿਜ਼ਟਰ ਵੀਜ਼ਾ ਦੇ ਨਾਮ ਤੇ ਹੋ ਰਹੀ ਆ ਪੈਕੇਜ ਬੇਚੇ ਜਾ ਰਹੀ ਆ ਤੇ 8 ਲੱਖ ਤੋਂ ਲੈ ਕੇ 20 ਲੱਖ ਤੱਕ ਦਾ ਪੈਕੇਜ ਕੈਨੇਡਾ ਵਿਜ਼ਟਰ ਵੀਜ਼ੇ ਦਾ ਹੀ ਕੀਤਾ ਜਾ ਰਿਹਾ ਹੁਣ ਹੁੰਦਾ ਕੀ ਹੈ client ਨੂੰ deal ਦਿੱਤੀ ਜਾਂਦੀ ਆ ਵੀ ਇਨਵਿਟੇਸ਼ਨ ਲੈਟਰ ਤੇ ਇਨਵਾਈਟਰ ਦੇ ਜਿਹੜੇ ਸਪੋਰਟਿੰਗ ਡਾਕੂਮੈਂਟ ਅਸੀਂ ਤੁਹਾਨੂੰ ਅਰੇਂਜ ਕਰਵਾ ਕੇ ਦੇਵਾਂਗੇ ਕਈ ਵਾਰ ਫਾਈਨੈਂਸ਼ੀਅਲ ਡਾਕੂਮੈਂਟ client ਕੋਲ ਆਪਣੇ ਹੁੰਦੇ ਆ ਜਾਂ ਉਸ ਨੂੰ ਵੀ ਪੈਕੇਜ ਦੇ ਵਿੱਚ ਇਨਕਲੂਡ ਕਰ ਦਿੱਤਾ ਜਾਂਦਾ ਉਹ ਵੀ ਤੁਹਾਡਾ ਏਜੰਟ ਜਿਹੜਾ ਤੁਹਾਨੂੰ ਰੈਡੀ ਕਰਕੇ ਦਿੰਦਾ ਹੁਣ ਜਿਸ ਪਰਸਨ ਦੇ ਡਾਕੂਮੈਂਟ ਉਹ ਕੈਨੇਡਾ ਤੋਂ ਯੂਜ਼ ਕਰ ਰਿਹਾ ਉਸ ਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ ਹੁੰਦਾ ਉਸਨੇ ਆਪਣੇ ਕਿਸੇ ਰਿਸ਼ਤੇਦਾਰ ਦਾ ਵੀਜ਼ਾ ਲਵਾਉਣ ਦੇ ਲਈ ਆਪਣੇ ਕਿਸੇ ਭੈਣ ਭਰਾਜਾ ਮਾਪਿਓ ਦਾ ਵੀਜ਼ਾ ਲਵਾਉਣ ਦੇ ਲਈ ਡਾਕੂਮੈਂਟ ਸੈਂਡ ਕੀਤੇ ਹੁੰਦੇ ਆ ਤੇ ਅੱਗੇ ਦੇ ਅੱਗੇ ਉਸ ਡਾਕੂਮੈਂਟ ਨੂੰ ਪਛਾਣ ਕੇ ਉਹਨਾਂ ਦਾ ਜਿਹੜਾ ਮਿਸਯੂਜ਼ ਕੀਤਾ ਜਾਂਦਾ ਹੁਣ ਪਹਿਲੀ ਗੱਲ ਤਾਂ 90% ਦੇ ਕਰੀਬ ਐਪਲੀਕੇਸ਼ਨਾਂ ਇਹਦੇ ਵਿੱਚ ਰਿਫਿਊਜ਼ ਹੋ ਜਾਂਦੀਆਂ ਹਾਲਾਂਕਿ ਜਿਨ੍ਹਾਂ ਦੀ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈ ਮੈਂ ਉਹਨਾਂ ਨੂੰ ਲੱਕੀਮੰਦ ਆ ਕਿਤੇ ਨਾ ਕਿਤੇ ਰਿਫਿਊਜ਼ਲ ਤਾਂ ਲੱਗ ਗਈ ਪਰ ਪੈਸੇ ਦਾ ਬਚਾ ਉਹਨਾਂ ਦਾ ਹੋ ਜਾਂਦਾ ਹਾਲਾਂਕਿ ਜੇ ਉਹਨਾਂ ਨੇ ਕੋਈ ਨੋਨ ਰਿਫੰਡੇਬਲ ਅਮਾਉਂਟ ਕੀਤੀ ਹੁੰਦੀ ਆ ਉਹ ਗੱਲ ਅਲੱਗ ਤੋਂ ਹੁੰਦੀ ਆ 10% ਜਿਨ੍ਹਾਂ ਦਾ ਵੀਜ਼ਾ ਆ ਜਾਂਦਾ ਸਭ ਤੋਂ ਵੱਧ ਲੌਸ ਉਹਨਾਂ ਦਾ ਹੁੰਦਾ ਕਿਉਂਕਿ ਪੈਸੇ ਵੀ ਉਹਨਾਂ ਨੂੰ ਵੀਜ਼ਾ ਤੇ ਪੇ ਕਰਨੇ ਪੈਂਦੇ ਆ ਤੇ ਮੈਕਸਿਮਮ ਬੰਦਿਆਂ ਨੂੰ ਉਹਨਾਂ ਵਿੱਚੋਂ 에어ਪੋਰਟ ਤੋਂ ਹੀ ਵਾਪਸ ਮੋੜ ਦਿੱਤਾ ਜਾਂਦਾ ਆਪਣੇ ਲੋਕਾਂ ਨੂੰ ਲੱਗਦਾ ਵੀ ਇੱਕ ਬਾਰ ਪਾਸਪੋਰਟ ਤੇ ਵੀਜ਼ਾ ਲੱਗ ਗਿਆ ਤਾਂ ਗੱਲ ਖਤਮ ਹੋ ਗਈ ਹੁਣ ਉਹਨਾਂ ਨੂੰ ਕੋਈ ਕੈਨੇਡਾ ਜਾਣ ਤੋਂ ਰੋਕ ਨਹੀਂ ਸਕਦਾ ਹਾਲਾਂਕਿ ਇੱਥੇ ਸਭ ਤੋਂ ਵੱਡੀ ਗਲਤੀ ਹੁੰਦੀ ਆ ਪਾਸਪੋਰਟ ਤੇ ਜਿਹੜੀ ਸਟੈਂਪ ਆ ਉਹ ਆਈਆਰਸੀਸੀ ਦੁਬਾਰਾ ਲਗਾਈ ਜਾਂਦੀ ਆ ਬਟ ਹਾਲੇ 에ਅਰਪੋਰਟ ਤੇ ਜਾ ਕੇ ਤੁਸੀਂ ਸੀਬੀਐਸਏ ਆਫੀਸਰ ਨੂੰ ਫੇਸ ਕਰਨਾ ਹੁੰਦਾ ਤੇ ਉਸਨੇ ਤੁਹਾਡੀ ਪਰਪਸ ਆਫ ਵਿਜ਼ਿਟ ਨੂੰ ਲੈ ਕੇ ਕਾਫੀ ਸੁਭਾਲ ਜਵਾਬ ਤੁਹਾਡੇ ਤੋਂ ਕਰਨੇ ਹੁੰਦੇ ਆ ਕਈ ਵਾਰ ਸੀਬੀਐਸਏ ਆਫੀਸਰ ਦੇ ਸਾਹਮਣੇ ਤੁਸੀਂ ਜਾਣੇ ਹੋ ਤਾਂ ਪ੍ਰੋਪਰ ਤਰੀਕੇ ਨਾਲ ਅਨਸਰ ਨਹੀਂ ਦੇ ਪਾਉਂਦੇ ਜਿਸ ਬੰਦੇ ਦੇ ਡਾਕੂਮੈਂਟ ਤੁਸੀਂ ਕੈਨੇਡਾ ਤੋਂ ਯੂਜ਼ ਕੀਤੇ ਆ ਮੈਕਸਿਮਮ ਟਾਈਮ ਉਸ ਬੰਦੇ ਨੂੰ ਜਿਹੜੀ ਕਾਲ ਲਗਾ ਲਈ ਜਾਂਦੀ ਆ ਤੇ ਉਸ ਤੋਂ ਪੁੱਛਿਆ ਜਾਂਦਾ ਵੀ ਕੀ ਤੁਸੀਂ ਕਿਸੇ ਆਪਣੇ ਫੈਮਿਲੀ ਮੈਂਬਰ ਜਾਂ ਕਿਸੇ ਦੂਰ ਦੇ ਰਿਸ਼ਤੇਦਾਰ ਨੂੰ ਇਨਵਾਈਟ ਕੀਤਾ ਜਾਂ ਉਸ ਨੂੰ ਐਕਸਪੈਕਟ ਕਰ ਰਹੇ ਹੋ ਅੱਜ ਜਦੋਂ ਉਹਨਾਂ ਵੱਲੋਂ ਸਾਹਮਣੇ ਤੋਂ ਮਨਾ ਕੀਤਾ ਜਾਂਦਾ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਦੇ ਡਾਕੂਮੈਂਟ ਕਿਤੇ ਯੂਜ਼ ਕੀਤੇ ਗਏ ਆ ਤਾਂ ਤੌਨੂੰ ਮੌਕੇ ਤੇ ਹੀ ਰਿਪੋਰਟ ਕੀਤਾ ਜਾਂਦਾ ਤੇ 5 ਸਾਲ ਤੱਕ ਦਾ ਬੈਨ ਜਿਹੜਾ ਉਹ ਲਗਾਇਆ ਜਾਂਦਾ ਸੋ ਇਦਾਂ ਦੇ ਚੱਕਰਾਂ ਦੇ ਵਿੱਚ ਨਾ ਫਸਿਆ ਕਰੋ ਕੈਨੇਡਾ ਵਿਜ਼ਟਰ ਵੀਜ਼ਾ ਕੋਈ ਬਾਲੀ ਵੱਡੀ ਗੱਲ ਨਹੀਂ ਆ ਬਹੁਤ ਛੋਟੀ ਜੀ ਗੱਲ ਆ ਤੇ ਵਿਜ਼ਟਰ ਵੀਜ਼ਾ ਤੇ ਜਾ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਵਿਜ਼ਟਰ ਵੀਜ਼ਾ ਪ੍ਰੋਫਾਈਲ ਅਪਲਾਈ ਕਰਨ ਵੇਲੇ ਕੀ ਤੁਹਾਡੀ ਪ੍ਰੋਫਾਈਲ ਸ਼ੋਅ ਕੀਤੀ ਆ ਕੀ ਤੁਸੀਂ ਕੰਮ ਕਰਦੇ ਹੋ ਹੁਣ ਆਪਣੇ ਲੋਕਾਂ ਨੂੰ ਲੱਗਦਾ ਵੀ ਇੱਕ ਵਾਰ ਵਿਜ਼ਟਰ ਵੀਜ਼ਾ ਤੇ ਚਲੇ ਗਏ ਜਾ ਕੇ ਤਾਂ ਵਰਕ ਪਰਮਿਟ ਬਟਤੇ ਹੀ ਪਿਆ ਜਾ ਕੇ ਲੈ ਹੀ ਲੈਣਾ ਨਹੀਂ ਇਹੀ ਸਭ ਤੋਂ ਵੱਡੀ ਮਿਸਟੇਕ ਹੁੰਦੀ ਆ ਵਰਕ ਪਰਮਿਟ ਵੀ ਤੁਹਾਨੂੰ ਅਪਲਾਈ ਹੀ ਕਰਨਾ ਪੈਂਦਾ ਤੇ ਵਰਕ ਪਰਮਿਟ ਦਾ ਡਿਸੀਜਨ ਆਉਣ ਵੇਲੇ ਵੀ ਤੁਹਾਡੀ ਰੈਲੇਵੈਂਸੀ ਦੇਖੀ ਜਾਂਦੀ ਆ ਜਿਸ ਕੈਟਾਗਰੀ ਤੁਸੀਂ ਵਰਕ ਪਰਮਿਟ ਲੈ ਰਹੇ ਹੋ ਕਿ ਉਸ ਦੇ ਰਿਲੇਟਡ ਤੁਹਾਡੇ ਕੋਲ ਕੋਈ ਪ੍ਰੀਵੀਅਸ ਵਰਕ ਐਕਸਪੀਰੀਅੰਸ ਆਇਗਾ ਸੋ ਕਦੇ ਵੀ ਵਿਜ਼ਟਰ ਵੀਜ਼ਾ ਦੇ ਨਾਂ ਤੇ ਟੱਗੀ ਨਾ ਮਰਾਓ 10 10 ਲੱਖ 12 12 ਲੱਖ 20 ਵੀ ਲੱਖ ਤੁਸੀਂ ਵਿਜ਼ਟਰ ਵੀਜ਼ਾ ਦਾ ਪੇ ਕਰ ਦਿੰਦੇ ਹੋ ਤੇ ਵਿਜ਼ਟਰ ਵੀਜ਼ਾ ਜੇ ਤੁਹਾਨੂੰ ਮਿਲ ਵੀ ਗਿਆ ਜੇ ਇਨ ਕੇਸ ਤੁਸੀਂ ਉਹਨਾਂ 5% ਦੇ ਵਿੱਚ ਉੱਥੇ ਪਹੁੰਚ ਵੀ ਗਏ ਤਾਂ ਵੀ ਜਾ ਕੇ ਜਿਹੜਾ ਤੁਹਾਡਾ ਕੁਝ ਉੱਥੇ ਨਹੀਂ ਬੰਨਣਾ ਵਰਕ ਪਰਮਿਟ ਜਿਹੜਾ ਇਦਾਂ ਹੀ ਨਹੀਂ ਮਿਲ ਜਾਂਦਾ